ਦਿਨੋ ਦਿਨ ਵੱਧ ਰਹੀਆਂ ਚੋਰੀਆਂ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਗਏ ਨੇ। ਚੋਰ ਰਾਤ ਨੂੰ ਦੁਕਾਨਾਂ ਦੇ ਜਿੰਦੇ ਤੋੜ ਕੇ ਦੁਕਾਨ ਅੰਦਰ ਪਿਆ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਅਤੇ ਦੁਕਾਨਦਾਰ ਨੁਕਸਾਨ ਨੂੰ ਦੇਖ ਕੇ ਰੋਂਦਾ ਕਰਲਾਉਂਦਾ ਹੀ ਰਹਿ ਜਾਂਦਾ ਹੈ। ਪਰ ਜੇਕਰ ਚੋਰੀ ਦੀ ਵਾਰਦਾਤ ਨੂੰ ਸਿਕਿਉਰਿਟੀ ਗਾਰਡ ਹੀ ਅੰਜਾਮ ਦੇਵੇ ਤਾਂ ਤੁਸੀਂ ਕਿਸ ਤੇ ਵਿਸ਼ਵਾਸ ਕਰੋਗੇ? ਇਸੇ ਤਰ੍ਹਾਂ ਦੀ ਚੋਰੀ ਦੀ ਘਟਨਾ ਵਾਪਰੀ ਹੈ ਨਾਭਾ ਬਲਾਕ ਦੇ ਪਿੰਡ ਗੋਬਿੰਦਗੜ੍ਹ ਛੰਨਾ ਵਿਖੇ, ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਿਕਿਉਰਿਟੀ ਗਾਰਡ ਆਪਣੇ ਨਾਲ ਦੋ ਹੋਰ ਚੋਰਾਂ ਦੀ ਮਦਦ ਦੇ ਨਾਲ ਇਲੈਕਟ੍ਰੋਨਿਕਸ ਰਿਪੇਅਰ ਦੀ ਦੁਕਾਨ ਅਤੇ ਸਵੀਟਸ ਦੀ ਦੁਕਾਨ ਦੇ ਤਾਲੇ ਤੋੜ ਕੇ 4 LED ਇਨਵਰਟਰ ਦਾ ਬੈਟਰਾ ਅਤੇ ਸਿਲੰਡਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ। ਇਹ ਤਸਵੀਰਾਂ ਉੱਥੇ ਲੱਗੇ CCTV ਕੈਮਰੇ 'ਚ ਕੈਦ ਹੋ ਜਾਂਦੀਆਂ ਨੇ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਚੋਰਾਂ ਵੱਲੋਂ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਦੁਕਾਨ ਦੇ ਅੰਦਰ ਪਿਆ ਸਮਾਨ ਚੁੱਕਿਆ ਜਾਂਦਾ ਹੈ। ਇਹ ਸਾਰੀ ਘਟਨਾ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਅੰਦਰ ਲੱਗੇ CCTV ਕੈਮਰਿਆਂ 'ਚ ਕੈਦ ਹੋ ਜਾਂਦੀ ਹੈ। ਹਾਲਾਂਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ CCTV ਕੈਮਰੇ ਤੋੜ ਦਿੱਤੇ ਸੀ, ਪਰ ਗਲਤੀ ਦੇ ਨਾਲ DVR ਉੱਥੇ ਹੀ ਰਹਿ ਗਏ, ਜਿਸ ਕਾਰਨ ਸਿਕਿਉਰਿਟੀ ਗਾਰਡ ਅਤੇ ਉਸਦੇ ਸਾਥੀਆਂ ਦੀ ਪੋਲ ਖੁੱਲ੍ਹ ਗਈ। ਇਸ ਵਾਰਦਾਤ ਤੋਂ ਬਾਅਦ ਹੁਣ ਦੁਕਾਨਦਾਰ ਨੇ ਚੋਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ ਤੇ ਪੀੜਤ ਤੋਂ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦਾ ਕਰੀਬ 1.5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ। ਇਨ੍ਹਾਂ ਚੋਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਵੀ ਸੀ, ਜਿਸ ਦੀ ਮਦਦ ਦੇ ਨਾਲ ਚੋਰਾਂ ਨੂੰ ਇਹ ਸਭ ਕੁਝ ਪਤਾ ਲੱਗਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਦੀਆਂ ਦੁਕਾਨਾਂ ਨੂੰ ਇਨ੍ਹਾਂ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਚੋਰਾਂ ਦੀ ਇੱਕ ਗਲਤੀ ਦੇ ਕਾਰਨ ਹੀ ਸਿਕਿਉਰਿਟੀ ਗਾਰਡ ਦੀ ਪੋਲ ਖੁੱਲ੍ਹ ਗਈ, ਨਹੀਂ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਇਹ ਚੋਰੀ ਕਿਸਨੇ ਕੀਤੀ ਹੈ। ਪਰ ਹੁਣ ਇਨ੍ਹਾਂ ਚੋਰਾਂ ਦੀ ਪੋਲ ਖੁੱਲ੍ਹ ਗਈ ਹੈ ਅਤੇ ਹੁਣ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਗੋਬਿੰਦਗੜ੍ਹ ਸੰਨਾ ਪਿੰਡ ਆ ਜੀ ਇਹ, ਅਤੇ 3 ਬੰਦੇ ਆਏ ਨੇ ਜੀ ਅਤੇ 4 LEDਾਂ ਲੈ ਗਏ ਜੀ, ਕਿਨੂੰ ਬੈਂਟਰ ਲੈ ਗਏ ਚੱਕ ਕੇ ਜੀ ਉਦੋਂ। ਹਾਂਜੀ, ਜਿਹੜੀ CCTV 'ਚ ਆਈ ਹੈ ਸਾਰੀ ਜਿਹੜੀ ਇਹ ਵੀਡੀਓ, ਕੀ ਜੱਜਮੈਂਟ ਹੁੰਦੀ ਹੈ ਵੀ ਕੌਣ ਸੀ, ਕਿਸ ਤਰ੍ਹਾਂ ਦੇ? ਇੱਕ ਤਾਂ ਸਿਕਿਉਰਿਟੀ ਗਾਰਡ ਸੀ ਜੀ ਬੰਦਾ ਜੀ, 2 ਬੰਦੇ ਉਹ ਸੀ, ਜਿਹੜਾ ਦੂਸਰਾ ਬੰਦਾ ਜੀ ਉਹ ਟੀ ਸ਼ਰਟ ਔਰ ਲੋਅਰ ਪਾਈ ਹੋਈ ਸੀ ਉਹਦੀ, ਉਹੀ ਅੰਦਰ ਗਿਆ ਜੀ, ਉਹਨੇ ਸਾਰੀ ਛਾਣਬੀਣ ਕਰਕੇ ਉਹ ਲੈ ਗਿਆ ਜੀ ਇੱਥੋਂ। ਸਭ ਤੋਂ ਪਹਿਲਾਂ ਆ ਕੇ ਕੀ? ਸਭ ਤੋਂ ਪਹਿਲਾਂ ਕੈਮਰੇ ਤੋੜੇ ਨੇ ਜੀ ਉਹਨਾਂ ਨੇ ਆ ਕੇ। ਹਾਂਜੀ, ਉਸ ਤੋਂ ਬਾਅਦ ਫਿਰ ਸ਼ਟਰ ਉਹ ਕਰਿਆ ਜੀ। ਉਹਨੂੰ ਵੀਡੀਓ ਕਿਵੇਂ ਮਿਲੀ ਹੈ? ਵੀਡੀਓ ਮੇਰੇ ਕੋਲ ਇੱਥੇ ਕੈਮਰੇ ਲੱਗੇ ਹੋਏ ਨੇ ਜੀ, DVR 'ਚ ਮਿਲੀ ਹੈ। DVR ਉਹ ਭੁੱਲ ਗਏ ਜੀ ਉਰੇ, ਬਾਹਰ ਕੱਢਿਆ ਪਿਆ? ਹਾਂ, ਬਾਹਰ ਕਾਊਂਟਰ 'ਤੇ ਪਿਆ ਜੀ DVR। ਹਾਂਜੀ, ਅਤੇ ਹੋਰ ਵੀ ਨਾਲ ਕਿਆ ਨੁਕਸਾਨ ਕੀਤਾ ਦੁਕਾਨ ਦਾ ਕਿਤੇ? ਨਹੀਂ, ਹੋਰ ਤਾਂ ਬਸ ਇਹ ਇੱਕ ਬੈਂਟਰਾ ਲੈ ਗਏ ਨੇ ਜੀ, 4 ਉਹ ਲੈ ਗਏ ਮੇਰੇ LED ਚੱਕ ਕੇ ਲੈ ਗਏ ਜੀ। ਕਿੰਨੇ ਦਾ ਨੁਕਸਾਨ ਕਰ ਗਏ? 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਜੀ। ਕਿੰਨੇ ਹੋਰ ਦੁਕਾਨ 'ਤੇ ਉਹ ਕਿੰਨਾ? ਉਹਦਾ ਜੀ ਸਿਲੰਡਰ ਲੈ ਗਏ ਜੀ, ਹਲਵਾਈ ਦੀ ਦੁਕਾਨ ਆ ਜੀ ਨਾਲ। ਹਾਂਜੀ, ਰਾਜੂ ਸਵੀਟਸ ਜੀ। ਕੀ ਮੰਗ ਕਰਦੇ ਹੁੰਦੇ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ, ਜਿਹੜੇ ਬੰਦੇ ਹੁਣ ਇੱਥੇ ਨਸ਼ੇ ਪੱਤੇ ਵਾਲੇ ਫਿਰਦੇ ਨੇ, ਇੱਕ ਤਾਂ ਉਹਨਾਂ ਦੀ ਨੱਥ ਪਾਈ ਜਾਵੇ ਜੀ, ਇੱਕ ਚੋਰੀਆਂ ਤੋਂ ਹੋਵੇ ਜੀ। ਮੈਂ ਤਾਂ ਹੁਣ ਗਰੀਬ ਬੰਦਾ ਤਾਂ ਮਰਜੂ ਜੀ, ਇਹ ਗੱਲ ਹੋ ਗਈ ਜੀ। ਤੁਹਾਡਾ ਇਸ 'ਤੇ ਗੁਜ਼ਾਰਾ ਚੱਲਦਾ ਦੁਕਾਨ? ਹਾਂ, ਇਸੇ 'ਤੇ ਗੁਜ਼ਾਰਾ ਚੱਲਦਾ ਜੀ ਸਾਡਾ। ਜਿਹੜੀ LCD ਸੀ ਉਹ ਤੁਹਾਡੇ ਗਾਹਕਾਂ ਦੀ ਸੀ? ਗਾਹਕਾਂ ਦੀਆਂ ਦੀ ਜੀ, ਉਹ LCDਾਂ ਜੀ ਠੀਕ ਕੀਤੀ ਹੋਈ? ਹਾਂ, ਠੀਕ ਕੀਤੀ ਹੋਈਆਂ ਸੀ ਜੀ, ਇੱਕ ਨਵੀਂ ਲੈ ਗਿਆ ਜੀ, ਲੱਗਦਾ ਲਾ ਕੇ ਜੀ। ਹਾਂਜੀ ਜੀ, ਦਵਿੰਦਰ ਸਿੰਘ ਆ, ਮੇਰੀ ਦੁਕਾਨ ਆ ਜੀ ਉਰੇ ਰਾਜੂ ਸਕੂਲ ਦੇ ਨਾਮ 'ਤੇ ਜੀ, ਮੈਂ ਹਲਵਾਈ ਦਾ ਕੰਮ ਕਰਦਾ ਜੀ। ਕੀ ਕੁਛ ਚੋਰੀ ਹੋਇਆ? ਮੇਰੀ ਦੁਕਾਨ ਦਾ ਸ਼ਟਰ ਪੱਟਿਆ ਜੀ, ਪਹਿਲਾਂ ਇਹਨਾਂ ਨੇ ਆ ਗਏ ਜੀ, ਸ਼ਟਰ ਪੱਟ ਕੇ ਉਹਦਾ ਸਿਲੰਡਰ ਵਗੈਰਾ ਚੱਕ ਕੇ ਲੈ ਗਏ ਜੀ। ਕਿੰਨੇ ਸਿਲੰਡਰ? 2 ਸਿਲੰਡਰ ਲੈ ਗਏ ਜੀ। ਹਾਂਜੀ, ਭਰੇ ਹੋਏ ਜੀ। ਕੀ ਮੰਗ ਕਰਦੇ ਤੁਸੀਂ? ਮੰਗ ਤਾਂ ਇਹੀ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਫਿਰਦੇ ਨੇ ਜੀ ਬੰਦੇ ਜੀ। ਦੱਸਦਾ ਵੀਡੀਓ 'ਚ ਆਇਆ ਵੀ ਸਿਕਿਉਰਿਟੀ ਗਾਰਡ? ਹਾਂਜੀ ਹਾਂ, ਉਹ ਲੱਗ ਰਿਹਾ ਵੀ ਜਿਵੇਂ ਸਿਕਿਉਰਿਟੀ ਗਾਰਡ ਹੈ ਜੀ, ਕੋਈ ਸਪੈਸ਼ਲ ਮਤਲਬ ਸਿਕਿਉਰਿਟੀ ਗਾਰਡ ਬੰਦਾ ਜਿਵੇਂ ਐਕਸਪਰਟ ਹੁੰਦੇ ਨੇ ਪੂਰੇ। ਪਹਿਲਾਂ ਕੈਮਰੇ ਤੋੜੇ ਉਹਨਾਂ ਨੇ ਆ ਕੇ ਜੀ,
ਉਸ ਤੋਂ ਬਾਅਦ ਕੈਮਰੇ ਤੋੜ ਕੇ ਉੱਧਰ ਫਿਰ ਮੇਰੀ ਦੁਕਾਨ 'ਤੇ ਗਏ ਨੇ ਜੀ। ਅੱਛਾ, ਬਾਅਦ 'ਚ ਕੀਤਾ? ਹਾਂਜੀ, ਟਾਈਮ ਤਾਂ ਲਾਈ ਆ ਉਹਨਾਂ ਨੇ। ਹਾਂਜੀ ਹਾਂਜੀ ਹਾਂਜੀ।